ਪਹਿਲਾਂ ਹੀ ਅਸੀਂ ਕੈਬਨਿਟ ਦੇ ਵਿੱਚ ਇਹ ਹੋ ਕਰ ਚੁੱਕੇ ਹਾਂ ਫੈਸਲਾ ਕਿ ਇਲੈਕਸ਼ਨਾਂ ਜਲਦੀ ਕਰਾਉਂਦੇ ਹਾਂ ਪੰਚਾਇਤਾਂ ਦੀਆਂ, ਅਤੇ ਨਾਲ ਪਿੰਡ ਜਿਹੜੇ ਨੇ ਉਹ ਧੜਿਆਂ ਤੋਂ ਬਚੇ ਰਹਿਣ। ਪਿੰਡਾਂ 'ਚ ਕੋਈ ਧੜਿਆਂ ਦੀ ਧੜੇਬੰਦੀ ਕਰਕੇ ਕੋਈ 57-26 ਦੇ ਕੇਸ ਉਹ ਨਾ ਹੋਣ, ਤਾਂ ਅਸੀਂ ਕੀਤਾ ਕਿ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਸਿੰਬਲ 'ਤੇ ਨਹੀਂ ਲੜੀਆਂ ਜਾ ਸਕਦੀਆਂ। ਉਹਨਾਂ ਨੂੰ ਲੋਕਲ ਆਪਣੇ ਸਿੰਬਲ ਮਿਲਣਗੇ। ਇਹਦਾ ਕਾਰਨ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੋਈ ਬਾਹਰ ਕਰਨਾ ਚਾਹੁੰਦੇ ਹਾਂ, ਅਤੇ ਪਰ ਇਹਦੇ ਨਾਲ ਇਹ ਹੈ ਕਿ ਸਰਪੰਚ ਜਿਹੜਾ ਉਹ ਪਿੰਡ ਦਾ ਹੋਊਗਾ, ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਊਗਾ। ਕਿਆ ਪੰਜੇ ਵਾਲਿਆਂ ਦਾ, ਆਹ ਝਾੜੂ ਵਾਲਿਆਂ ਦਾ, ਆਹ ਹਾਥੀ ਵਾਲਿਆਂ ਦਾ, ਨਾ। ਵੈਸੇ ਵੀ ਲੋਕਲ ਜਿਹੜੀ ਆਪਦੀ ਪੰਚਾਇਤੀ ਜਿਹੜੀ ਚੋਣ ਹੈ ਉਹ ਧੜਿਆਂ ਤੋਂ ਉੱਪਰ ਹੋਣੀ ਚਾਹੀਦੀ ਹੈ। ਮੈਂ ਇੱਕ ਹੋਰ ਗੱਲ ਦੱਸ ਦਿੰਦਾ, 2018 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਪੰਚਾਇਤੀ, ਇੱਕ ਵੀ ਬੰਦੇ ਨੇ ਕਿਸੇ ਪਾਰਟੀ ਦਾ ਸਿੰਬਲ ਨਹੀਂ ਲਿਆ। ਇਹ ਵੀ ਮੈਂ ਕਲੀਅਰ ਕਰ ਦਿੰਦਾ, ਇੱਕ ਵੀ ਸਰਪੰਚ ਨੇ ਕਿਸੇ ਵੀ ਪਾਰਟੀ ਦੇ ਸਿੰਬਲ 'ਤੇ ਸਰਪੰਚ ਜਾਂ ਮੈਂਬਰ ਨਹੀਂ ਲੜੇ। ਪਰ ਕਾਨੂੰਨ ਇਹ ਕਹਿੰਦਾ ਜੇ ਉਹ ਮੰਗ ਲਏ ਕਿ ਮੈਨੂੰ ਪੰਜਾ ਦਿਓ ਜੀ, ਤਾਂ ਮਨਾ ਨਹੀਂ ਕਰ ਸਕਦੇ। ਫਿਰ ਉੱਥੇ ਦਿੱਕਤ ਪੈ ਜਾਂਦੀ ਹੈ। ਬਹੁਤ ਸਾਰੇ ਪਿੰਡਾਂ ਨੇ ਮਤੇ ਪਾਏ ਕਿ ਜੇ ਕੋਈ ਸਰਪੰਚ ਕਿਸੇ ਪਾਰਟੀ ਦੇ ਸਿੰਬਲ 'ਤੇ ਲੜੂਗਾ ਅਸੀਂ ਉਹ ਤੋਂ ਬਾਈਕਾਟ ਕਰਾਂਗੇ। ਸੋ ਇਹ ਗੱਲ ਨਿਬੇੜਨ ਵਾਸਤੇ ਅਸੀਂ ਪਹਿਲਾਂ ਹੀ ਕਹਿਤਾ ਕਿ ਤੁਸੀਂ ਲਾੜੇ ਆਪਣੇ ਮੰਜੇ 'ਤੇ, ਜੱਗ 'ਤੇ, ਜਾਂ ਜਿਹੜੇ ਵੀ ਲੋਕਲ ਚੋਣ ਨਿਸ਼ਾਨ ਨੇ ਉਹ ਤੁਹਾਨੂੰ ਮਿਲਣਗੇ। ਅਤੇ ਹਾਂ, ਇੱਕ ਹੋਰ ਮੈਂ ਗੱਲ ਦੱਸ ਦਿੰਦਾ, ਜੇ ਕੋਈ ਇਹੋ ਜਿਹਾ ਵੀ ਹੈਗਾ ਲੋਇਲ ਹੈ ਪਾਰਟੀ ਦਾ ਕਿ ਸਰਪੰਚ ਬਣਨਾ ਪਰ ਮੈਂ ਦੱਸਣਾ ਮੈਂ ਕਿਹਦਾ, ਆਪਣੀ ਪੋਸਟਰ ਜਦੋਂ ਛਾਪੂਗਾ, ਅੱਜ ਕੱਲ੍ਹ ਚੋਣ ਨਿਸ਼ਾਨ ਮਿਲ ਗਿਆ ਉਹਨੂੰ ਮੰਜਾ, ਅਤੇ ਪੋਸਟਰ ਮੰਜੇ ਵਾਲੇ ਛਾਪੂਗਾ ਤਾਂ ਉੱਪਰ ਉਹ ਆਪਣੇ ਵੱਡੇ ਲੀਡਰਾਂ ਦੀਆਂ ਫੋਟੋ ਲਾ ਸਕਦਾ ਕਿ ਇਹਦੇ ਨਾਲ ਇਹ ਪਤਾ ਲੱਗ ਜੂਗਾ ਕਿ ਉਹ ਕਿਹੜੀ ਪਾਰਟੀ ਦਾ। ਉਹਨੂੰ ਨੁਕਸਾਨ ਹੁੰਦਾ ਵੋਟਾਂ 'ਚ, ਉਹਨੂੰ ਫਾਇਦਾ ਹੁੰਦਾ, ਉਹਦੀ ਮਰਜ਼ੀ ਹੈ। ਸੋ ਪਰ ਉਹਨੂੰ ਹੈ ਹਾਂਜੀ ਕਰਾ ਦੇ ਬਸ। ਹਾਈਕੋਰਟ ਦੇ ਵਿੱਚ ਮੇਰੇ ਆਈ ਜੀ ਸਾਹਿਬ ਬੈਠੇ ਨੇ, ਅਤੇ ਹਾਈਕੋਰਟ ਬਸ ਜੇ ਹਰਿਆਣੇ ਦੀ ਇਲੈਕਸ਼ਨ ਜਿਹੜੀ ਹੈ ਉਹਦਾ ਕਰ ਰਹੇ ਨੇ, ਕਾਰਪੋਰੇਸ਼ਨ ਵੀ ਕਹਾਂ, ਜ਼ਿਲ੍ਹਾ ਪਰਿਸ਼ਦ ਵੀ, ਸਾਰੀਆਂ ਆਉਣਗੀਆਂ। ਸੋ ਉਦੋਂ ਚਾਰ ਆਪਣੀਆਂ ਵੀ ਆਉਣੀ ਦੂਜੀਆਂ, ਹੈ ਨਾ, ਉੱਥੇ ਵੀ ਆਉਂਗੇ, ਉੱਥੇ ਵੀ ਬਾਜਵਾ ਸਾਹਿਬ ਨੇ ਕਹਿਣਾ ਇਹਦੀ ਮੰਜੀ ਚੱਕ ਕੇ ਹੁਣ ਸਤੌ ਛੱਡ ਕੇ ਆਉਣਗੇ। ਹਜੇ ਉਹ ਵੀ ਪਈਆਂ ਪਈਆਂ, ਬੜੇ ਮੌਕੇ ਮਿਲਣਗੇ, ਪਰ ਮੰਜੀ ਉੱਥੇ ਦੀ ਉੱਥੇ ਹੈ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸਰਪੰਚੀ ਜਿਹੜੀ ਹੈ ਉਹ ਲੋਕਲ ਹੈ, ਸਰਪੰਚੀ ਪਿੰਡ ਦੀ ਹੈ, ਹਰ ਰੋਜ਼ ਮੂੰਹ ਮੱਥੇ ਲੱਗਦੇ ਇੱਕ ਦੂਜੇ ਦੇ। ਆਪਾਂ ਕਿਉਂ ਇਹ 40-40 ਲੱਖ ਰੁਪਈਆ ਖਰਚ ਹੋਣ ਲੱਗ ਗਿਆ ਜੀ ਸਰਪੰਚੀ ਦੀਆਂ ਵੋਟਾਂ 'ਤੇ, ਸਰਪੰਚੀ ਦੀਆਂ ਵੋਟਾਂ 40-40 ਲੱਖ, 40 ਲੱਖ ਲਾ ਕੇ ਕੱਢੂਗਾ ਕਿੱਥੋਂ ਸਰਪੰਚ? ਉਹ ਇਹ ਤਾਂ ਹੋ ਨਹੀਂ ਸਕਦਾ ਕਿ ਉਹਨੂੰ ਕੋਈ ਕਰਪਸ਼ਨ ਦਾ ਮੌਕਾ ਮਿਲੇ ਜਾਂ ਹੋਰ। ਸੋ ਅਸੀਂ ਤਾਂ ਇਹ ਚਾਹੁੰਦੇ ਹਾਂ, ਇੱਕ ਹੋਰ ਅਸੀਂ ਇਹਦੇ 'ਚ ਮੈਂ ਅਨਾਊਂਸ ਕਰਨਾ ਚਾਹੁੰਦਾ ਅੱਜ ਮੁਕੱਦਸ ਹਾਊਸ ਦੇ ਵਿੱਚ, ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ, ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ, 5 ਲੱਖ ਰੁਪਈਆ ਇਨਾਮ ਵਜੋਂ ਕੈਸ਼, ਜਿਹਨੂੰ ਕਿ ਪੰਚਾਇਤ ਜਿੱਥੇ ਮਰਜ਼ੀ ਵਰਤੇ, ਬਾਕੀ ਉਸ ਪਿੰਡ ਨੂੰ ਸਟੇਡੀਅਮ, ਜੇ ਸਕੂਲ ਚਾਹੁੰਦੇ ਸਕੂਲ, ਹਸਪਤਾਲ ਚਾਹੁੰਦੇ ਹਸਪਤਾਲ, ਉਹ ਮਿਲੂਗਾ ਪ੍ਰਾਇਓਰਟੀ 'ਤੇ। ਇਸ ਗੱਲ ਦਾ ਪ੍ਰਤੀਕ ਕਰਕੇ ਕਿ ਇਸ ਪਿੰਡ 'ਚ ਇੱਕ ਹੈ ਅਤੇ ਇਸ ਪਿੰਡ ਦੇ ਵਿੱਚ ਫੁੱਟ ਨਹੀਂ ਹੈਗੀ, ਅਤੇ ਇਹ ਪਿੰਡ ਨੇ ਉਹੀ ਕੋਈ ਹੁਣ 40-1 ਬੰਦਾ ਲਾਉਂਦਾ, 30 ਦੂਜਾ ਲਾਊਗਾ, ਠੀਕ ਹੈ, 20-1 ਹੋਰ ਲਾਊ, ਜਾਂ ਲਾਉਣੇ ਪੈਂਦੇ ਆ। ਉਹ ਤਾਂ ਉਹਦੀ ਪਿੰਡਾਂ 'ਚ ਤਾਂ ਕਹਿੰਦੇ ਨੇ ਜੀ ਉਹਨੇ ਤਾਂ ਸ਼ੁਰੂ ਕਰਤੀ, ਤੁਸੀਂ ਕਿਉਂ ਨਹੀਂ ਕਰਦੇ? ਲੈ ਆਹ ਤਾਂ ਆਪਣੀ ਡੈਮੋਕ੍ਰੇਸੀ ਹੈ ਵੀ ਭਾਈ ਉਹਨਾਂ ਨੇ ਤਾਂ ਸ਼ੁਰੂ ਕਰਤੀ ਰਾਤ,
ਤੇ ਤੁਸੀਂ ਕਿਉਂ ਨਹੀਂ ਕਰਦੇ? ਫਿਰ ਉਹਨੂੰ ਅਗਲੇ ਦਿਨ ਉਹਨੂੰ ਕਰਨੀ ਪੈਂਦੀ ਹੈ, ਫਿਰ ਕੁਆਲਿਟੀ 'ਤੇ ਆ ਜਾਂਦਾ ਮਹਾਰਾਜ, ਹੁਣ ਦੇਸੀ ਨਾਲ ਕਿੱਥੇ ਚੱਲਦਾ ਜੀ? ਹੈਂ, ਸੋ ਇਹ ਤਾਂ ਮਤਲਬ ਅਸੀਂ ਇਸ ਲੈਵਲ 'ਤੇ ਜਾਣੇ ਨਹੀਂ ਦੇਣਾ ਚਾਹੁੰਦੇ। ਮੈਂਬਰ ਸਰਪੰਚ ਆਪਦੇ ਚੁਣੋ, ਚੰਗੇ ਬੰਦਿਆਂ ਨੂੰ ਚੁਣੋ। ਪੰਚਾਇਤਾਂ ਜਿਹੜੀਆਂ ਉਹ ਨੀਂਹ ਨੇ, ਨੀਂਹ ਨੇ ਡੈਮੋਕ੍ਰੇਸੀ ਦੀ। ਜੇ ਪੰਚਾਇਤ ਚੰਗੀ ਹੈ ਤਾਂ ਪਿੰਡ ਤਰੱਕੀ ਕਰ ਜਾਂਦਾ। ਇੱਕ ਹੰਸ ਅਤੇ ਹੰਸਣੀ ਕਿਤੇ ਦੂਰ ਉਡਾਰੀ ਮਾਰ ਚੱਲੇ ਸੀਗੇ, ਰਸਤੇ 'ਚ ਰਾਤ ਪੈ ਗਈ ਤਾਂ ਹੰਸ ਨੇ ਕਿਹਾ ਇਸ ਬੋਰਡ 'ਤੇ ਰਾਤ ਕੱਟ ਲੈਂਦੇ ਹਾਂ। ਉਸ ਬੋਰਡ 'ਤੇ ਬਹਿ ਗਏ, ਬੜਾ ਆਲੇ ਦੁਆਲੇ ਸੁੰਨ ਸਰਾਂ ਉਜਾੜ ਬੋਰਡ। ਉਹ ਕਹਿੰਦੀ ਹੰਸਣੀ ਕਹਿੰਦੀ, ਹੰਸ ਜੀ ਇਸ ਇਲਾਕੇ 'ਚ ਇੰਨਾ ਉਜਾੜ ਕਿਉਂ ਹੈ? ਉਹ ਹੰਸ ਕਹਿੰਦਾ ਇੱਥੇ ਉੱਲੂਆਂ ਦਾ ਵਾਸਾ ਹੋਣਾ, ਉੱਲੂ ਰਹਿੰਦੇ ਹੁਣ ਇੱਥੇ, ਉੱਲੂਆਂ ਕਰਕੇ ਉਜਾੜ ਹੈ, ਉੱਲੂ ਉਜਾੜ ਭਾਲਦੇ। ਕੁਦਰਤੀ ਥੱਲੇ ਵਾਲੀ ਟਾਹਣੀ 'ਤੇ ਉੱਲੂ ਬੈਠਾ ਸੀ ਇੱਕ, ਉਹਨੇ ਸੁਣ ਲਿਆ, ਕਹਿੰਦਾ ਮੇਰੇ ਵਿਰੁੱਧ ਹੀ ਬੋਲੀ ਜਾਂਦਾ ਯਾਰ ਇਹ, ਅਤੇ ਕਹਿੰਦਾ ਉੱਲੂਆਂ ਕਰਕੇ ਹੁੰਦਾ ਜੇ ਤਾਂ ਉੱਲੂ, ਜਿੱਥੇ ਉੱਲੂ ਵੱਸਦੇ ਨੇ ਉਜਾੜ ਹੈ ਉੱਥੇ। ਸਵੇਰ ਨੂੰ ਜਦੋਂ ਉੱਡਣ ਲੱਗੇ ਉੱਲੂ ਨੇ ਰੋਕ ਲਿਆ, ਕਹਿੰਦਾ ਇੱਕ ਮਿੰਟ ਇੱਥੇ ਆਓ। ਕਹਿੰਦੇ ਮੇਰੀ ਘਰਵਾਲੀ ਨੂੰ ਕਿੱਥੇ ਲੈ ਕੇ ਚੱਲੇ ਹੈ? ਉਹ ਕਹਿੰਦਾ ਕੀ ਮਤਲਬ? ਕਹਿ ਜਿਹੜੀ ਤੇਰੇ ਨਾਲ ਹੈ ਮੇਰੀ ਘਰਵਾਲੀ ਹੈ। ਉਹ ਕਹਿੰਦਾ ਮੈਂ ਹੰਸ ਹੈ, ਹੰਸਣੀ ਹੈ, ਤੂੰ ਉੱਲੂ ਹੈ, ਨਾ ਮੇਰੀ ਘਰਵਾਲੀ ਹੈ। ਉਹ ਕਹਿੰਦਾ ਸਾਬਤ ਕਰ। ਕਹਿੰਦਾ ਪੰਚਾਇਤ ਬੁਲਾ ਲੈਂਦੇ ਹਾਂ। ਪੰਚਾਇਤ ਬੁਲਾ ਲਈ ਜੀ, ਘੋਗੜ ਸਰਪੰਚ ਸੀਗਾ ਜੀ, ਅਤੇ ਲੂੰਬੜੀ ਹੋਰੀ ਮੈਂਬਰ ਸੀਗੇ ਜੀ, ਕਾਂ ਹੋਰੀ ਵੀ ਹੈਗੇ ਸੀਗੇ ਜੀ ਵਿੱਚ ਹੀ, ਅਤੇ ਰੌਲਾ ਪੈ ਗਿਆ ਵੀ ਦੱਸੋ ਇਹਦੀ ਘਰ। ਉਹ ਕਹਿੰਦਾ ਮੇਰੀ ਘਰਵਾਲੀ ਹੈ ਜੀ, ਦੇਖੋ ਸਾਡਾ ਰੰਗ ਸਾਡੇ ਖੰਭ ਇੱਕੋ ਜਿਹੇ ਨੇ, ਇਹਦੀ ਘਰਵਾਲੀ ਕਿਵੇਂ ਹੋ ਗਈ ਹੈ? ਉਹ ਕਹਿੰਦਾ ਵੀ ਗੱਲ ਤਾਂ ਤੇਰੀ ਸਹੀ ਹੈ, ਹੈਗੀ ਤਾਂ ਇਸ ਹੰਸ ਦੀ ਘਰਵਾਲੀ ਹੈ। ਇੰਨੇ ਨੂੰ ਕਾਂ ਨੇ ਮਾਰਤਾ ਕੰਨ 'ਚ ਫੂਕ। ਉਹ ਕਹਿੰਦਾ ਮਹਾਰਾਜ ਜੀ ਹੈਗੀ ਤਾਂ ਉਸੇ ਦੀ ਹੈ, ਪਰ ਤੁਸੀਂ ਇਹ ਦੇਖੋ ਵੀ ਕਿੰਨੀ ਸੋਹਣੀ ਹੈ ਇਹ, ਆਪਣੇ ਹਲਕੇ 'ਚ ਇਲਾਕੇ 'ਚ ਆਈ ਹੋਈ ਹੈ, ਰੋਜ਼ ਇੱਥੇ ਉੱਡਿਆ ਕਰੂਗੀ, ਆਪਾਂ ਦੇਖਿਆ ਕਰਾਂਗੇ। ਇਹਨੇ ਹੁਣ ਲੈ ਕੇ ਭੱਜ ਜਾਣਾ, ਉਦੋਂ ਮੁੜ ਕੇ ਆਪਾਂ ਨੇ ਕੋਲ ਕੀ ਰਹਿ ਜਾਣਾ, ਆਹੀ ਰਹਿ ਜਾਂਗੇ। ਕਹਿੰਦਾ ਕਿ ਇਹਨੂੰ ਉੱਲੂ ਦੀ ਡਿਕਲੇਅਰ ਕਰ ਦਿਓ। ਉਹ ਕਹਿੰਦਾ ਠੀਕ ਹੈ ਜੀ, ਇਹ ਤਾਂ ਉੱਲੂ ਦੀ ਘਰਵਾਲੀ ਹੈ। ਚਲੋ ਜੀ, ਫੈਸਲਾ ਹੋ ਗਿਆ ਉੱਲੂ ਦੀ ਘਰਵਾਲੀ। ਹੰਸ ਨੂੰ ਬੜਾ ਦੁੱਖ ਲੱਗਿਆ, ਹੰਸ ਉੱਡਣ ਲੱਗਿਆ ਤਾਂ ਉਹਨੂੰ ਉੱਲੂ ਕਹਿੰਦਾ ਆ ਜਾ ਇੱਧਰ, ਲੈ ਜਾ ਆਪਣੀ ਘਰਵਾਲੀ ਨੂੰ। ਉਹ ਕਹਿੰਦਾ ਯਾਰ ਕਮਾਲ ਹੈ, 2 ਘੰਟੇ ਤਾਂ ਡਿਬੇਟ 'ਚ ਲੰਘ ਗਏ ਆਪਣੇ, ਉਦੋਂ ਕਹੀ ਗਿਆ ਮੇਰੀ ਘਰਵਾਲੀ ਹੈ, ਹੁਣ ਕਹਿੰਦਾ ਤੂੰ ਲੈ ਜਾ ਆਪਣੀ ਘਰਵਾਲੀ ਨੂੰ। ਕਹਿੰਦਾ ਮੈਂ ਕੋਈ ਇੱਦਾਂ ਦੀ ਕੋਈ ਤੈਨੂੰ ਬੇਇੱਜ਼ਤੀ ਨਹੀਂ ਕਰਨੀ ਸੀ, ਕੁਛ ਨਹੀਂ, ਰਾਤ ਮੈਂ ਸੁਣਿਆ ਸੀ ਤੇਰਾ, ਕਹਿੰਦਾ ਜਿਹੜਾ ਤੂੰ ਬੋਰਡ 'ਤੇ ਬੈਠਾ ਬੋਲੀ ਜਾਂਦਾ ਸੀ ਵੀ ਉੱਲੂਆਂ ਕਰਕੇ ਉਜਾੜ ਹੁੰਦਾ। ਕਹਿੰਦਾ ਮੈਂ ਤੈਨੂੰ ਇਹ ਦੱਸਣਾ ਸੀ ਉਜਾੜ ਉੱਲੂਆਂ ਕਰਕੇ ਨਹੀਂ ਹੁੰਦਾ, ਜਿੱਥੇ ਇਹੋ ਜਿਹੀਆਂ ਪੰਚਾਇਤਾਂ ਹੋਣ ਉੱਥੇ ਉਜਾੜ ਹੁੰਦਾ ਹੈ। ਸੋ ਇਹੋ ਜਿਹੀਆਂ ਪੰਚਾਇਤਾਂ ਚੁਣੇ ਹੋਈ ਨਾ ਜਿੱਥੇ ਉਜਾੜ ਪੈ ਜੇ, ਜਿਹੜੀਆਂ ਉਜਾੜ ਪਾਉਂਦੀਆਂ ਹੋਣ ਅਤੇ ਗਲਤ ਫੈਸਲੇ ਕਰਦੀਆਂ ਹੋਣ। ਸੋ ਮੈਂ ਇਹੀ ਕਹਿਣਾ ਕਿ ਜਿਹੜਾ ਸਾਡਾ ਪੰਜਾਬ ਹੈ, ਖਾਸ ਤੌਰ 'ਤੇ ਪੰਚਾਇਤੀ ਸਰਪੰਚ ਸਾਹਿਬ ਮਤਲਬ ਬੜੇ ਮਾਣ ਨਾਲ ਲਿਆ ਜਾਂਦਾ ਨਾਮ, ਔਰ ਇੱਕ ਵਾਰੀ ਸਰਪੰਚ ਸਾਹਿਬ ਅੱਲ ਪੈ ਜੇ, ਸਾਰੀ ਉਮਰ ਕਈ ਪੀੜ੍ਹੀਆਂ ਤੱਕ ਸਰਪੰਚਾਂ ਦਾ ਘਰ, ਸਰਪੰਚਾਂ ਦਾ ਘਰ, ਮੈਂਬਰ ਮੈਂਬਰ ਹੋਣਾ ਵੀ ਬੜੀ ਵੱਡੀ ਪ੍ਰਾਪਤੀ।